ਗੁਰੂਵਰ ਸਾਹਿਬ ਲਾਈਵ ਦੇ ਪ੍ਰੋਗਰਾਮ ਪਿੰਡ ਦੀ ਸੱਥ ਵਿੱਚ ਜਿੱਥੇ ਅਸੀਂ ਪਿੰਡਾਂ ਬਾਰੇ ਦੱਸਦੇ ਹੈਗੇ ਹਾਂ ਪਿੰਡਾਂ ਦਾ ਇਤਿਹਾਸ ਕੀ ਹੈ। ਅੱਜ ਗੁਰੂਵਰ ਸਾਹਿਬ ਦੇ ਵਿੱਚ ਹੀ ਮੌਜੂਦ ਹੈਗੇ ਹਾਂ ਤਾਂ ਰੇਲਵੇ ਪਾਰਕ 'ਚ ਬੈਠੇ ਹਾਂ ਅਤੇ ਦੇਸੀ ਸੱਥ ਬਣੀ ਹੋਈ ਹੈ ਇੱਥੇ ਅਤੇ ਸ਼ਹਿਰ ਦੇ ਉਹ ਬਜ਼ੁਰਗ ਅੱਜ ਸਾਡੇ ਨਾਲ ਹੈਗੇ ਆ ਜਿਹੜੇ ਸ਼ਹਿਰ ਦੇ ਇਤਿਹਾਸ ਦੀ ਗੱਲ ਕਰਾਂਗੇ ਅਤੇ ਜਾਣਾਂਗੇ ਗੁਰੂਵਰ ਸਾਹਿਬ ਦਾ ਇਤਿਹਾਸ ਕੀ ਹੈਗਾ ਅਤੇ ਇਤਿਹਾਸਿਕ ਗੱਲਾਂ ਵੀ ਹੋਣੀਆਂ ਨੇ ਨਾਲ ਦੀ ਨਾਲ ਗੁਰੂਵਰ ਸਾਹਿਬ ਦੀ ਸਿਆਸਤ ਦੀਆਂ ਗੱਲਾਂ ਵੀ ਹੋਣੀਆਂ ਨੇ ਅਤੇ ਲੋਕ ਸਭਾ ਚੋਣਾਂ 2024 ਵੀ ਨੇੜੇ ਨੇ ਉਹ ਵੀ ਚਰਚਾ ਵਿੱਚ ਨਾਲ ਹੋ ਜਾਣੀ ਹੈ। ਇੱਕ ਵਾਰ ਕੈਮਰਾ ਘੁਮਾ ਕੇ ਦਿਖਾ ਦਿਓ, ਕਾਫੀ ਬਜ਼ੁਰਗ ਜਿਹੜੇ ਅੱਜ ਪਤਵੰਤ ਆ ਸ਼ਹਿਰ ਦੇ ਸਾਡੇ ਨਾਲ ਬੈਠੇ ਆ, ਉਹ ਕਰੀਮ ਬੈਠੀ ਆ ਸ਼ਹਿਰ ਦੀ, ਜਿਨ੍ਹਾਂ ਦੇ ਜ਼ਰੀਏ ਜਿਹੜੀ ਇਹ ਵੀਡੀਓ ਹੈ ਲੰਬਾ ਸਮਾਂ ਤੱਕ ਜਿਹੜੀ ਆਉਣ ਵਾਲੀ ਪੀੜ੍ਹੀ ਹੋ ਗਈ ਉਹਨਾਂ ਤੱਕ ਵੀ ਯਾਦ ਰਹੂਗੀ ਕਿਉਂਕਿ ਸ਼ਹਿਰ ਦਾ ਇਤਿਹਾਸ ਕੀ ਰਿਹਾ ਹੈਗਾ। ਗੱਲਬਾਤ ਕਰ ਲੈਂਦੇ ਹਾਂ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਾਹਿਬ, ਕੀ ਇਤਿਹਾਸ ਹੈਗਾ? ਜਿੱਦਾਂ ਗੇਟ ਦਿਸ ਰਹੇ ਹੈਗੇ ਆ ਸ਼ਾਇਦ, ਚਾਰ ਸਪੇਰੇ ਗੇਟ ਹੈਗੇ ਆ, ਚਾਰ ਵੱਡੇ ਗੇਟ ਹੁੰਦੇ ਸੀਗੇ, ਇਹ ਰਾਤ ਨੂੰ 9-10 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਸੀ, ਮੰਡੀ ਅੰਦਰ ਲੌਕ ਹੋ ਜਾਂਦੀ ਸੀ, ਬਾਹਰੋਂ ਬੰਦਾ ਐਂਟਰ ਨਹੀਂ ਕਰ ਸਕਦਾ ਸੀ, ਇਹ ਮੰਡੀ ਦੀ ਸੇਫਟੀ ਵਾਸਤੇ ਸੀ। ਕਈ ਛੋਟੀਆਂ ਮੋਰੀਆਂ ਰੱਖੀਆਂ ਹੋਈਆਂ ਸੀਗੀਆਂ, ਉਹ ਵੀ ਬੰਦ ਹੋ ਜਾਂਦੇ ਸੀ, ਇੱਕ ਅੱਧੀ ਕੋਈ ਖੁੱਲ੍ਹੀ ਜਾਂਦੀ ਸੀ, ਉੱਥੇ ਕੋਈ ਬੰਦਾ ਪਹਿਰੇਦਾਰ ਬਿਠਾਉਂਦੇ ਸੀਗੇ ਕਿਸੇ ਬੰਦੇ ਨੇ ਐਮਰਜੈਂਸੀ 'ਚ ਆਉਣਾ ਤਾਂ। ਉਸ ਤੋਂ ਬਾਅਦ ਜਦੋਂ ਜਨਸੰਖਿਆ ਵੱਧ ਗਈ ਅਤੇ ਮੰਡੀ ਤੋਂ ਲੋਕ ਬਾਹਰ ਨਿਕਲ ਗਏ, ਜ਼ਿਆਦਾ ਮੰਡੀ ਦੀ ਆਬਾਦੀ ਸ਼ਹਿਰ ਨਾਲੋਂ ਬਾਹਰ ਜ਼ਿਆਦਾ ਚਾਰਦੁਆਰੀ ਤੋਂ ਬਾਅਦ ਆ ਗਈ, ਫਿਰ ਉਹ ਗੇਟ ਜਿਹੜੇ ਸੀ ਖੁੱਲ੍ਹ ਗਏ, ਹੁਣ ਉਹ ਸਾਰੀ ਰਾਤ ਖੁੱਲ੍ਹੇ ਰਹਿੰਦੇ ਆ। ਅਤੇ ਦੂਜੀ ਗੱਲ ਹੈ ਵੀ ਇਹ ਗੁਰੂਆਂ ਦੀ ਮੰਡੀ ਹੈ, ਗੁਰੂ ਨਾਨਕ ਦੇਵ ਦੀ ਅੰਸ਼ ਤੋਂ ਸ਼ੁਰੂ ਹੋਈ, ਇਹ ਸਾਰਾ ਏਰੀਆ ਗੁਰੂਆਂ ਦਾ ਹੀ ਸੀ, ਉਹਨਾਂ ਤੋਂ ਲੋਕਾਂ ਨੂੰ ਫਿਰ ਇਹ ਜ਼ਮੀਨਾਂ ਅਲਾਟ ਹੋਈਆਂ ਮਿਲੀਆਂ, ਉਹਨਾਂ ਨੂੰ ਇਹ ਜ਼ਗੀਰਾਂ ਮਿਲੀਆਂ ਸੀ ਗਵਰਨਮੈਂਟ ਆਫ ਇੰਡੀਆ ਵੱਲੋਂ। ਇੱਥੇ ਪੋਥੀ ਮਾਲਾ ਉਹਨਾਂ ਦੀ ਅੰਸ਼ ਦੀ ਇੱਕ ਨਿਸ਼ਾਨੀ ਹੈ, ਜਿੱਥੇ 'ਚ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੀ ਲਿਖਿਆ ਹੋਇਆ ਇੱਕ ਪੁਸਤਕ ਸੀ ਅਤੇ ਇੱਕ ਪਦਮ ਸਾਹਿਬ ਸੀ ਕੌਡੇ ਦੀ ਤਰ੍ਹਾਂ, ਇੱਕ ਉਹਨਾਂ ਦੇ ਹੱਥ ਦੀ ਮਾਲਾ ਸੀ, ਸੋਨੇ ਦੇ ਮਣਕੇ ਸੀ ਉਹਦੇ, ਹੈਂ ਇਹ ਗੁਰੂ ਜਸਵੰਤ ਸਿੰਘ ਜੀ ਤਰ੍ਹਾਂ ਤੱਕ ਤਾਂ ਇਹ ਗੱਦੀ ਵਧੀਆ ਰਹੀ, ਉਹ ਤੋਂ ਬਾਅਦ ਤਾਂ ਫਿਰ ਉਹ ਥੋੜ੍ਹਾ ਜਿਹਾ ਕੰਮ। ਅੱਜ ਵੀ ਮੇਲਾ ਜਿਹੜਾ ਹੈਗਾ ਸਲਾਨਾ ਉੱਥੇ ਲੱਗਦਾ ਹੈ, ਲੱਗਦਾ ਹੈ ਪਰ ਹੁਣ ਤਾਂ ਨਾ ਮਤਰ। ਅੱਛਾ ਇੱਕ ਗੱਲ ਇਹ ਆਉਂਦੀ ਹੈਗੀ ਹੈ, ਕਹਿੰਦੇ ਕਾਬਲ ਕਦਾਰ ਤੋਂ ਲੋਕ ਉਸ ਸਮੇਂ ਪੋਥੀ ਮਾਲ ਲਾਉਂਦੇ ਸੀ ਅਤੇ ਜਿੱਥੇ ਆਪਾਂ ਬੈਠੇ ਹਾਂ ਨਾਲ ਹੀ ਰੇਲਵੇ 'ਤੇ ਐਂ ਨਮਸਕਾਰ ਕਰਦੇ ਪਿੱਛੇ ਨੂੰ, ਨਮਸਕਾਰ ਕਰਦੇ ਸੀ, ਨੱਚਦੇ ਜਾਂਦੇ ਸੀ ਉਹ ਢੋਲਾਂ ਨਾਲ। ਅੱਛਾ ਅਤੇ ਉਹ ਉਹਨਾਂ ਦੀ ਮਾਨਤਾ ਹੁੰਦੀ ਸੀ, ਉਹਨਾਂ ਦੇ ਮਨੋਕਾਮਨਾ ਪੂਰੀਆਂ ਹੁੰਦੀਆਂ ਸੀ। ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਨੇ? ਦੇਸ਼ ਦੀ ਮੈਨੂੰ ਤਾਂ ਮੈਂ ਤਾਂ ਪੈਦਾ ਹੀ ਉਦੋਂ ਹਾਂ, ਪਰ ਜਦੋਂ ਅਸੀਂ ਵੇਖਣ ਲੱਗੇ ਬਹੁਤ ਲੋਕ ਆਉਂਦੇ ਰਹੇ ਨੇ, ਹਾਂ ਆਉਂਦੇ ਰਹੇ ਦੇ, ਉੱਧਰ ਵੀ ਜਾਂਦੇ ਸੀ ਗੁਰੂ ਸਾਹਿਬ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਜਾਂ ਉਹਨਾਂ ਨੂੰ ਆਸ਼ੀਰਵਾਦ ਦੇਣ ਲਈ, ਅਤੇ ਗੁਰੂ ਜਸਵੰਤ ਸਿੰਘ ਤੋਂ ਬਾਅਦ ਤਾਂ ਫਿਰ ਥੋੜ੍ਹਾ ਜਿਹਾ ਘੱਟ ਗਿਆ। ਹਾਂ ਬਿਲਕੁਲ ਜੀ, ਇੱਥੇ ਗੁਰੂਆਂ ਦਾ ਜਿਹੜਾ ਹੈਗਾ ਗੜ ਰਿਹਾ ਹੈਗਾ, ਗੁਰੂਆਂ ਦੇ ਕਰਕੇ ਗੁਰੂ ਹਰਿ ਸਾਹਿਬ ਮੰਡੀ ਦਾ ਨਾਮ ਪਿਆ ਸੀ, ਪਰ ਕੁਝ ਗੱਲਾਂ ਹੋਰ ਵੀ ਹੈਗੀਆਂ ਨੇ ਇੱਥੇ। ਜਿੱਦਾਂ ਅੱਜ ਆਪਾਂ ਪਰਿਵਾਰ ਦੀ ਗੱਲ ਮੰਨ ਲੈਂਦੇ ਹਾਂ, ਹਰਭਜਨ ਸਿੰਘ, ਡਾਕਟਰ ਭਜਨ ਸਿੰਘ ਆਵਲਾ ਪਰਿਵਾਰ ਦੀ ਅੱਜ ਜਿੱਦਾਂ ਤੂਤੀ ਬੋਲ ਰਹੀ ਹੈ, ਇੱਥੇ ਪਹਿਲਾਂ ਮਾਸਟਰ ਕਿਰਪਾ ਰਾਮ ਹੋਰਾਂ ਦੀ ਵੀ ਤੂਤੀ ਬੋਲਦੀ ਰਹੀ ਹੈ, ਹੋਰ ਸਾਥੀ ਵੀ ਆਪਣੇ ਨਾਲ ਇੱਥੇ ਹੈਗੇ ਆ, ਗੱਲਬਾਤ ਕਰ ਲੈਂਦੇ ਹਾਂ ਕਿਵੇਂ ਦਾ। ਜਿੱਦਾਂ ਮਾਸਟਰ ਕਿਰਪਾ ਰਾਮ ਜੀ ਬਾਰੇ ਗੱਲ ਕਰ ਰਹੇ ਹੈਗੇ ਹਾਂ ਆਪਾਂ, ਉਹਨਾਂ ਦਾ ਕੀ ਰਿਹਾ ਹੈਗਾ ਤੁਹਾਡਾ ਜੀ? ਕਿਰਪਾ ਰਾਮ ਜੀ ਦੀ ਤੂਤੀ ਬੋਲਦੀ ਹੁੰਦੀ ਸੀਗੀ, ਜੋ ਵੀ ਕੀ ਫੈਸਲਾ ਹੁੰਦਾ ਸੀਗਾ ਉਹ ਉਹਨਾਂ ਦੇ ਕੋਲ ਜਾਂਦਾ ਸੀਗਾ, ਉਹ ਥਾਣੇ ਤੱਕ ਨਹੀਂ ਪਹੁੰਚਣ ਦਿੰਦੇ ਸੀ ਗੱਲ, ਅਤੇ ਉਹ ਪ੍ਰੈਜੀਡੈਂਟ ਵੀ ਰਹੇ ਨੇ ਅਤੇ ਉਹ ਯਾਨੀ ਕਿ ਆਪਣਾ ਫੈਸਲਾ ਇੱਥੇ ਹੀ ਨਿਬੇੜ ਦਿੰਦੇ ਸੀਗੇ ਕਿੰਨੇ ਨਾਲ।
ਅੱਛਾ, ਜੋ ਫੈਸਲਾ ਹੁੰਦਾ ਸੀ ਸ਼ਹਿਰ ਦਾ, ਕੋਈ ਮਸਲਾ ਆ ਗਿਆ ਕਿਸੇ ਦਾ ਪਰਿਵਾਰਿਕ ਰੌਲਾ ਹੈਗਾ ਵੀ ਥਾਣੇ ਜਾਣ ਦੀ ਲੋੜ ਨਹੀਂ ਸੀ, ਉਹਨਾਂ ਦੇ ਕੋਲ ਹੀ ਨਿਬੜ ਜਾਂਦਾ ਸੀ, ਉਹਨਾਂ ਉਹ ਹੀ ਨਿਬੇੜ ਦਿੰਦੇ ਸੀਗੇ ਔਰ ਸਾਰੇ ਲੋਕ ਜਿਹੜੇ ਉਹਨਾਂ ਨੂੰ ਮੰਨਦੇ ਸੀਗੇ, ਉਹਨਾਂ ਦਾ ਜੋ ਫੈਸਲਾ ਹੁੰਦਾ ਸੀਗਾ ਉਹ ਹੀ ਉਹਨਾਂ ਨੂੰ ਪ੍ਰਵਾਨ ਹੁੰਦਾ ਸੀ ਲੋਕਾਂ ਨੂੰ। ਅੱਛਾ, ਜਿੱਦਾਂ ਆਪਾਂ ਗੇਟਾਂ ਦੀ ਗੱਲ ਕਰ ਰਹੇ ਸੀ ਵੀ ਗੇਟ ਬੰਦ ਹੋ ਜਾਂਦੇ ਜਿੱਦਾਂ ਉਹਨਾਂ ਨੇ ਦੱਸਿਆ ਹੈਗਾ, ਇਸ ਤੋਂ ਇਲਾਵਾ ਇੱਕ ਮੋਰੀਆਂ ਜਿਹੜੀਆਂ ਦਿਖਾਈ ਦਿੰਦੀਆਂ, ਉਹ ਮੋਰੀਆਂ ਦਾ ਕੀ ਅੱਜ ਵੀ ਉਹ ਮੋਰੀਆਂ ਮੌਜੂਦ ਨੇ? ਹਾਂ, ਉਹ ਮੋਰੀਆਂ ਅਜੇ ਵੀ ਉਹ ਨਿਸ਼ਾਨ ਹੈਗੇ ਨੇ ਕਹਿੰਦੇ ਨਾ, ਅਤੇ ਉਹ ਇਸ ਤਰ੍ਹਾਂ ਵੀ ਇਹਨਾਂ ਨੇ ਮਿਊਂਸੀਪਲ ਕਮੇਟੀ ਨੇ ਇਹਨਾਂ ਨੇ ਆਪਣਾ ਚੌਂਕੀਦਾਰ ਰੱਖਿਆ ਹੁੰਦਾ ਸੀਗਾ, ਉਹ ਪਹਿਲਾਂ ਕਹਿੰਦੇ ਨਾ ਮੋਰੀਆਂ ਬੰਦ ਕਰਕੇ ਆਉਂਦਾ ਸੀ, ਬਾਅਦ 'ਚ ਫਿਰ ਉਹ ਦਰਵਾਜ਼ੇ ਬੰਦ ਕਰਦਾ ਸੀਗਾ, ਉਹਨੇ ਯਾਨੀ ਕਿ ਮੰਡੀ ਦੀ ਸੇਫ ਸਾਈਡ ਬਣੀ ਹੋਈ ਸੀਗੀ ਕਹਿੰਦੇ ਨਾ, ਉੱਥੇ ਯਾਨੀ ਕਿ ਸਾਰੇ ਲੋਕ ਸੇਫ ਸੀਗੇ, ਅਤੇ ਬਾਅਦ ਦੇ ਵਿੱਚ ਹੁਣ ਯਾਨੀ ਕਿ ਲੋਕ ਬਾਹਰ ਆਪਣੇ ਬੂਹੇ ਬਾਹਰ ਕੱਢ ਲੈਣੇ ਆਪਦੇ ਸਾਈਡਾਂ 'ਤੇ ਕਹਿੰਦੇ ਨਾ, ਬਾਹਰ ਰਹਿਣ ਲੱਗ ਪੈਣ ਲੋਕ ਕਹਿੰਦੇ ਨਾ, ਅਤੇ ਹੁਣ ਵੀ ਮਾਹੌਲ ਵੈਸੇ ਠੀਕ ਹੈ, ਅਤੇ ਬਾਕੀ ਇਹ ਚੋਰੀਆਂ ਚਾਰੀਆਂ ਤਾਂ ਨਸ਼ੇ ਨੁਸ਼ੇ ਤਾਂ ਵੱਧ ਗਏ ਨੇ, ਇਹ ਹੁਣ ਕੰਟਰੋਲ ਜਿਹੜੀ ਹੈ ਇਹਨਾਂ ਨੇ ਕਰਨਾ ਹੈ ਕਹਿੰਦੇ। ਅੱਛਾ, ਜਿਵੇਂ ਹੁਣ ਲੁੱਟ ਖੋਹ ਹੋ ਜਾਂਦੀ ਹੈ, ਚੋਰੀਆਂ ਹੋ ਜਾਂਦੀਆਂ ਹੈਗੀਆਂ ਨੇ, ਉਦੋਂ ਜਦੋਂ ਗੇਟ ਬੰਦ ਹੋ ਜਾਂਦੇ ਸੀ, ਮੋਰੀਆਂ ਬੰਦ ਹੋ ਜਾਂਦੀਆਂ ਸੀ, ਅੰਦਰ ਕੋਈ ਐਂਟਰ ਨਹੀਂ ਕਰ ਪਾਉਂਦਾ, ਉਦੋਂ ਇੰਨੀਆਂ ਚੋਰੀਆਂ ਨਹੀਂ ਹੁੰਦੀਆਂ? ਹਾਂ, ਉਦੋਂ ਕੋਈ ਚੋਰੀ ਨਹੀਂ ਹੁੰਦੀ ਸੀਗੀ, ਕਿਉਂਕਿ ਜਦੋਂ ਜਿਹੜਾ ਬੰਦਾ ਆਉਂਦਾ ਸੀ ਬਾਹਰੋਂ ਆਉਂਦਾ ਸੀ, ਉਹ ਮੇਨ ਗੇਟ ਥਾਣੀ ਆਉਂਦਾ ਸੀ ਮਿਊਂਸੀਪਲ ਕਮੇਟੀ ਵਾਲੇ ਪਾਸੇ ਦੀ, ਉਹਨੂੰ ਪੁੱਛਦੇ ਸੀ ਕਿੱਥੋਂ ਆਇਆ, ਕੀ ਕਿੱਧਰ ਜਾਣਾ, ਕੀ ਹਿਸਾਬ ਕਿਤਾਬ ਸਾਰਾ ਕਹਿੰਦੇ ਨਾ। ਕਹਿਣ ਤੋਂ ਬਾਅਦ ਜਿਵੇਂ ਚੰਡੀਗੜ੍ਹ ਅੱਜ ਜਿਹੜੇ ਹੈਗਾ ਸੁਸਾਇਟੀਆਂ ਦੇ ਵਿੱਚ ਕੋਠੀਆਂ ਬਣੀਆਂ ਹੈਗੀਆਂ ਨੇ, ਸਾਹਮਣੇ ਗੇਟ ਕੀਪਰ ਹੈਗਾ ਵੀ ਹਾਂ ਕਿਹਨੂੰ ਮਿਲਣਾ, ਨਾਂ ਨੋਟ, ਨੰਬਰ ਨੋਟ, ਗੱਡੀ ਨੋਟ, ਉਹ ਹਿਸਾਬ ਉਦੋਂ ਗੁਰੂ ਸਾਹਿਜ ਹੁੰਦਾ, ਗੁਰੂ ਸਾਹਿਜ ਹੁੰਦਾ ਸੀਗਾ ਵੀ ਉਹ ਪੁੱਛ ਕੇ ਚੌਂਕੀਦਾਰ ਜਿਹੜਾ ਉਹ ਫਿਰ ਗੇਟ ਖੋਲਦਾ ਸੀਗਾ ਕਹਿੰਦੇ ਨਾ, ਇੰਨੀ ਯਾਨੀ ਸੇਫ ਸਾਈਡ ਉਦੋਂ ਹੁੰਦੀ ਸੀ ਬਹੁਤ। ਅੱਛਾ, ਉਹ ਮਾਹੌਲ ਚੰਗਾ ਸੀਗਾ, ਅੱਜ ਵਾਲਾ ਚੰਗਾ? ਉਹ ਮਾਹੌਲ ਬਹੁਤ ਵਧੀਆ ਸੀਗਾ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਵੀ ਨਸ਼ੇ ਵੱਧ ਗਏ ਨੇ ਸਾਰੇ, ਕਹਿੰਦੇ ਨੇ ਚੋਰੀਆਂ ਹੋਣ ਲੱਗ ਪਈਆਂ ਨੇ, ਲੁੱਟ ਘੁਮਾਉਂਦੀਆਂ ਪਈਆਂ ਨੇ ਕਹਿੰਦੇ ਨਾ, ਅਤੇ ਮਾਹੌਲ ਯਾਨੀ ਕਿ ਖਰਾਬ ਹੋ ਚੁੱਕਾ, ਇਹਨੂੰ ਚਾਹੀਦਾ ਹੈਗਾ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਵੇ ਕਹਿੰਦੇ। ਅਤੇ ਇੱਕ ਆਪਾਂ ਗੱਲ ਕਰ ਲੈਂਦੇ ਹੈਗੇ ਹਾਂ, ਜਿਵੇਂ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਹੈਗੀਆਂ, ਮੋਦੀ ਜੀ ਪਹਿਲਾਂ ਵੀ ਪ੍ਰਧਾਨ ਮੰਤਰੀ ਬਣ ਗਏ ਹੈਗੇ ਆ, ਉਹਨਾਂ ਦਾ ਬਿਆਨ ਆ ਰਿਹਾ ਵੀ 400 ਸੀਟਾਂ ਲਵਾਂਗੇ, ਅਤੇ ਪੰਜਾਬ ਦੇ ਵਿੱਚ ਇਸ ਵਾਰ ਪੰਜਾਬੀਆਂ ਨੇ ਬਦਲਾਅ ਵੀ ਲੈਂਦਾ, ਅੱਗੇ ਤਾਂ ਅਕਾਲੀ ਕਾਂਗਰਸ ਹੀ ਵਾਰੀ ਵਿਟੀ ਆ ਰਹੇ ਹੈਗੇ ਸੀ, ਕੁਝ ਲੱਗਿਆ ਬਦਲਾਅ ਦਾ ਫਰਕ ਪਿਆ, ਕਿੱਦਾਂ ਦੇਖਦੇ ਹੋ, ਕੰਮ ਹੋਏ ਆ ਜਾਂ ਨਹੀਂ ਹੋਏ? ਕੰਮ ਤਾਂ ਇਸ ਤਰ੍ਹਾਂ ਜੀ, ਕਿੰਨਾ ਨਾ ਜਿਹੜੇ MLA ਬਣੇ ਹੋਏ ਨੇ ਉਹ ਆਪਦੇ ਇਲਾਕਿਆਂ 'ਚ ਥੋੜ੍ਹਾ ਬਹੁਤਾ ਕਰਦੇ ਪਏ ਨੇ, ਬਾਕੀ ਜਿਹੜੇ ਜਿਨ੍ਹਾਂ ਦੀ ਪਹੁੰਚ ਨਹੀਂ ਹੈ CM ਤੱਕ ਜਾਂਦੀ, ਉਹ ਇਲਾਕੇ ਜਿਹੜੇ ਨੇ ਉਵੇਂ ਪਏ ਨੇ, ਉਵੇਂ ਕਹਿੰਦੇ ਸੁੰਨੇ ਪਏ ਨੇ ਕਹਿੰਦੇ, ਬਸ ਜਿਵੇਂ ਆਪਣਾ ਇੱਥੋਂ ਦਾ ਜਿਹੜਾ MLA ਹੈਗਾ ਸਰਾਰੀ ਹੈ, ਉਹਦੀ ਪਹੁੰਚ ਨਹੀਂ ਹੈਗੀ CM ਤੱਕ, ਹੁਣ ਆਪਣਾ ਇਲਾਕਾ ਜਿਹੜਾ ਗੁਰੂ ਸਾਹਿਬ ਦਾ ਉਹ ਐਵੇਂ ਪਿਆ ਹੈ ਕਹਿੰਦਾ। ਅੱਛਾ, ਪਛੜ ਗਿਆ। ਗੁਰੂ ਸਾਹਿਬ ਦੀਆਂ ਮੁਸ਼ਕਲਾਂ ਕੀ ਹੈਗੀਆਂ ਨੇ ਵੀ ਜਿਹੜੇ ਤੁਹਾਡਾ ਲੰਬਾ ਤਜਰਬਾ ਜ਼ਿੰਦਗੀ ਦਾ ਹੋ ਗਿਆ, ਜਦੋਂ ਬੰਦੇ ਦਾ ਵਾਲ ਬੱਗੇ ਹੋ ਜਾਣ ਹੈ ਨਾ, ਅਤੇ ਬਜ਼ੁਰਗ ਵਾਲੀ ਅਵਸਥਾ 'ਚ ਆ ਜਾਂਦਾ, ਪਰ ਮਨ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਮਨ ਦੇ ਵਲਵਲੇ ਹੁੰਦੇ ਨੇ ਵੀ ਆਹ ਕੰਮ ਇੰਝ ਹੋ ਜਾਵੇ ਜਿਹੜਾ ਸਾਡੇ ਵੇਲੇ ਨਹੀਂ ਹੋਇਆ, ਅੱਜ ਹੋ ਜਾਵੇ, ਅੱਜ ਨਵੀਂ ਪੀੜ੍ਹੀ ਆ ਗਈ, ਨਵਾਂ ਯੁੱਗ ਆ ਗਿਆ, ਡਿਜੀਟਲ ਮੀਡੀਆ ਮੋਬਾਈਲ ਦੇ ਵਿੱਚ ਦੁਨੀਆ ਹੈਗੀ ਹੈ, ਉਦੋਂ ਪੁਰਾਣੇ ਬਜ਼ੁਰਗ ਬੈਠੇ ਹੁੰਦੇ, ਕੋਈ ਤਾਸ਼ ਖੇਡਦਾ ਸੀ, ਕੋਈ ਪਾਸਾ ਖੇਡਦਾ ਸੀ, ਉਹ ਗੇਮਾਂ ਨਹੀਂ ਰਹਿ ਗਈਆਂ, ਹੁਣ ਮੋਬਾਈਲਾਂ 'ਚ ਲੋਕ ਰੁੱਝ ਗਏ, ਹੁਣ ਮੋਬਾਈਲਾਂ 'ਚ ਰੁੱਝ ਗਏ ਨੇ, ਹੁਣ ਦੜੇ ਸੱਤੇ ਵੱਧ ਗਏ ਨੇ, ਰੁਕੀ ਵੀ ਹੁਣ ਤਾਸ਼ਾਂ ਤੁਸ਼ਾਂ ਘੱਟ ਖੇਡ, ਤਾਸ਼ਾਂ ਵੀ ਖੇਡਣੀਆਂ ਨੇ, ਦੜੇ ਸੱਤੇ ਵੀ ਬਹੁਤ ਲੱਗਦੇ ਨੇ ਵਿੱਚ, ਲੁੱਟ ਖੋਹਾਂ ਦੇ, ਚੋਰੀਆਂ ਦੇ, ਸਾਰਾ ਦਿਨ ਦਿਹਾੜੇ ਵਾਲੀਆਂ ਲੈ ਗਈਆਂ, ਮਗੇ ਲੁੱਟ ਖੋਹਾਂ ਇਹਨੇ ਰੁਕੀ, ਮੋਬਾਈਲ ਖੋਹ ਲਿਆ, ਬਸ ਕੁੱਟ ਲਿਆ, ਮਾਰ ਲਿਆ ਹੀ ਕੁਛ ਹੀ। ਅੱਛਾ, ਕਿਵੇਂ ਹੁਣ ਅੱਜ ਤੁਹਾਡੇ ਸਾਰੇ ਹਾਣੀ ਬੈਠੇ ਹੈਗੇ ਉਹ ਪੁਰਾਣੇ ਹੈ ਨਾ, ਅਤੇ ਪੁਰਾਣੀਆਂ ਗੱਲਾਂ ਵੀ ਹੁੰਦੀਆਂ ਹੋਣਗੀਆਂ, ਉਦੋਂ ਆਹ ਹੁੰਦਾ ਸੀ ਜਿਵੇਂ ਉਹ ਗਾਣਾ ਗਏ, ਬੜੇ ਬੁੱਲੇ ਲੁੱਟੇ ਜਵਾਨੀ 'ਚ, ਨਹੀਂ ਜਵਾਨੀ ਵਾਲੇ ਬੁੱਲੇ ਵੀ ਹੋਣਗੇ, ਸਾਰੇ ਯਾਰ ਬੇਲੀ ਹੋਈ, ਉਹ ਗੱਲਾਂ ਬਾਤਾਂ ਵੀ ਹੁੰਦੀਆਂ ਹੋਣ। ਪੁਰਾਣੇ ਵੇਲੇ ਤਾਂ ਅੱਜ ਵੀ ਯਾਦ ਆਉਂਦੇ ਨੇ ਜੀ, ਉਹ ਸਾਨੂੰ ਭੁੱਲਣੇ ਨਹੀਂ, ਅੱਜ ਕੱਲ੍ਹ ਦੇ ਵੇਲੇ ਕਾਹਦੇ ਨੇ, ਉਹ ਤਾਂ ਬਸ ਬੇਕਾਰ ਨੇ, ਟਾਈਮ ਬੇਕਾਰ ਜਾ ਰਿਹਾ, ਵਿਅਰਥ ਜਾ ਰਿਹਾ ਤਾਂ। ਅੱਛਾ, ਹਾਂ, ਅਤੇ ਜਿੱਦਾਂ ਮਾਸਟਰ ਕਿਰਪਾ ਰਾਮ ਜੀ ਹੋਰਾਂ ਦੀ ਗੱਲ ਕਰ ਰਹੇ ਸੀ ਆਪਾਂ, ਇਹਨਾਂ ਨੇ ਦੱਸਿਆ ਹੈਗਾ ਕਿ ਨਗਰ ਕੌਂਸਲ ਦੇ ਪ੍ਰਧਾਨ ਵੀ ਉਹ ਰਹੇ ਹੈਗੇ, ਅਤੇ ਪੂਰੇ ਪਰਿਵਾਰ ਦੀ ਤੂਤੀ ਬੋਲਦੀ ਰਹੀ ਹੈ, ਜਿੱਦਾਂ ਕਹਿੰਦੇ ਅੱਜ ਆਵਲਾ ਪਰਿਵਾਰ ਦਾ ਪੂਰਾ ਗੁਰੂਵਰ ਸਾਹਿਬ ਦੇ ਵਿੱਚ ਹੈਗਾ, ਲੋਕ ਫਕਰ ਨਾਲ ਕਹਿੰਦੇ ਆ ਆਵਲਾ ਜੀ, ਰਮਿੰਦਰ ਆਵਲਾ ਜੀ ਗੁਰੂਵਰ ਸਾਹਿਬ ਦੇ ਰਹਿਣ ਵਾਲੇ ਆ, ਇਸ ਗੱਲ ਦਾ ਕਿਤੇ ਕਿਤੇ ਫਕਰ ਰਿਹਾ ਵੀ ਗੁਰੂਵਰ ਸਾਹਿਬ ਦੇ ਵਿੱਚ ਇਹੋ ਜਿਹੇ ਪਰਿਵਾਰ ਹੀ ਰਹੇ ਆ ਜਿਨ੍ਹਾਂ ਦੀ ਇਹਨਾਂ ਦੇ ਪਰਿਵਾਰ ਤੋਂ ਪਹਿਲਾਂ ਤੂਤੀ ਬੋਲਦੀ ਰਹੀ।
ਡਾਕਟਰ ਦੇ ਪਰਿਵਾਰ ਤੋਂ ਪਹਿਲਾਂ ਹਾਂਜੀ ਅਤੇ ਉਹਦਾ ਜੀ ਮਾਸਟਰ ਕਿਰਪਾਰਾ ਵੀ ਹੁੰਦੇ ਸੀ ਹੋਰ ਕੀ ਜੀ ਠੀਕ ਹੈ ਹਾਂ ਉਹ ਉਸ ਦਾ ਵੀ ਉਹਨਾਂ ਵੇਖਿਆ ਵੀ ਹੋਇਆ ਗੁਰੂ ਸੋਹਣ ਸਿੰਘ ਨੇ ਵੇਖਿਆ ਗੁਰੂ ਕਰਮ ਸਿੰਘ ਨੇ ਵੇਖਿਆ ਕੋਈ ਕਿਸੇ ਦਾ ਕੋਈ ਲੜਾਈ ਝਗੜਾ ਹੋ ਜਾਂਦਾ ਜਾਂ ਕੋਈ ਘਰੇਲੂ ਜਾਂ ਕਿਸੇ ਤਰ੍ਹਾਂ ਦਾ ਵੀ ਉਹ ਥਾਣੇ ਤੱਕ ਪਹੁੰਚਣ ਦਿੰਦੇ ਨਹੀਂ ਸੀ ਮਗਰ ਇੱਥੇ ਨਿਬੇੜ ਦਿੰਦੇ ਸੀ ਉਹਨਾਂ ਦਾ ਜੋ ਉਹ ਫੈਸਲਾ ਦੇ ਦਿੰਦੇ ਸੀ ਉਹ ਸਭ ਕਬੂਲ ਸਿਰ ਮੱਥੇ ਹੁੰਦਾ ਸੀ ਅਤੇ ਅੱਛਾ ਜਦੋਂ ਦੇਸ਼ ਦੀ ਵੰਡ ਹੋਈ ਹੈ ਅਤੇ ਵੰਡ ਸਮੇਂ ਤੋਂ ਪਹਿਲਾਂ ਤੁਸੀਂ ਜਿਹੜੇ ਪਰਿਵਾਰ ਬੈਠੇ ਗਏ ਗੁਰੂ ਸਾਹਿਬ ਦੇ ਇਹ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਆ ਜਾਂ ਪਹਿਲਾਂ ਬੈਠੇ ਜੀ ਅਸੀਂ ਤਾਂ ਇੱਥੋਂ ਦੇ ਹਾਂ ਜੀ ਅਸੀਂ ਤਾਂ ਪਾਕਿਸਤਾਨ ਦੇ ਨਹੀਂ ਅਸੀਂ ਇੱਥੇ ਰਹੇ ਇੱਥੇ ਇੱਥੇ ਕਹਿੰਦੇ ਮੁਸਲਮਾਨਾਂ ਦਾ ਵੀ ਪਰਿਵਾਰ ਰਹਿੰਦੇ ਹੈਗੇ ਸੀ ਮੁਸਲਮਾਨਾਂ ਦੀ ਗਲੀ ਇੱਕ ਵੱਜਦੀ ਹੈ ਉੱਥੇ ਕੋਈ ਰਹਿੰਦੇ ਹੋਣਗੇ ਮੈਂ ਕਿ ਮੇਰਾ ਜਨਮ ਤਾਂ 49 ਦਾ ਉਹ ਸਾਰੇ 47 'ਚ ਬਣਿਆ ਪਾ ਹਿੰਦੁਸਤਾਨ ਪਾਕਿਸਤਾਨ ਦੀ ਨੌਲੇਜ ਹੈ ਜਿਹੜੀ ਮੁਸਲਮਾਨਾਂ ਵਾਲੀ ਗਲੀ ਹੈ ਕਿਸੇ ਦੀ ਹੋਵੇ ਜੀ ਅੱਛਾ ਮੁਸਲਮਾਨਾਂ ਵਾਲੀ ਗਲੀ ਤਾਂ ਵੱਜਦੀ ਹੈ ਮੁਸਲਮਾਨਾਂ ਦੀ ਗਲੀ ਵੱਜਦੀ ਮੁਸਲਮਾਨ ਰਹਿੰਦੇ ਸੀ ਉਸ ਗਲੀ 'ਚ ਉੱਥੇ ਮਸੀਤ ਵੀ ਹੈਗੀ ਸੀ ਇੱਕ ਉੱਥੇ ਹੀ ਉਹ ਮਤਲਬ ਆਪਦੀ ਨਮਾਜ਼ ਪੜ੍ਹਿਆ ਕਰਦੇ ਸੀ ਅਤੇ ਵਾਕਿਆ ਉੱਥੇ ਰਹਿੰਦੇ ਬਾਹਰ ਆਸੇ ਪਾਸੇ ਵੀ ਰਹਿੰਦੇ ਸੀ ਸਾਰੇ ਮੁਸਲਮਾਨ ਬਹੁਤ ਜ਼ਿਆਦਾ ਰਹਿੰਦੇ ਸੀ ਇੱਥੇ ਪਰ ਉਹ ਜਦੋਂ 47 ਬਣਿਆ ਉਹ ਫਿਰ ਸਾਰੇ ਮੰਡੀ ਛੱਡ ਕੇ ਚਲੇ ਗਿਆ ਪਾਕਿਸਤਾਨ 'ਚ ਇਹੀ ਹੋਇਆ ਬਸ ਬਿਲਕੁਲ ਜੀ 47 ਦੇ ਵਿੱਚ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਅਤੇ ਮੁਸਲਮਾਨਾਂ ਦੀ ਗਲੀ ਜਿਹੜੀ ਹੈ ਉਹ ਉੱਥੇ ਮੁਸਲਮਾਨ ਪਰਿਵਾਰ ਵੀ ਰਹਿੰਦੇ ਸੀ ਦੇਸ਼ ਦੀ ਵੰਡ ਤੋਂ ਬਾਅਦ ਉਹ ਬਾਹਰ ਚਲੇ ਗਏ ਤੁਹਾਡੇ ਸੰਭਾਲੇ 'ਚ ਹੈ ਵੀ ਜਿਹੜੀ ਮੁਸਲਮਾਨਾਂ ਵਾਲੀ ਗਲੀ ਜਾਂ ਤੁਸੀਂ ਦੇਖੇ ਹੁਣ ਕਿੰਨੀ ਉਮਰ ਸੀ ਆਪਣੀ ਉਦੋਂ ਮੇਰੀ ਉਮਰ 5 ਸਾਲ ਦੀ ਸੀ ਅੱਛਾ 5 ਸਾਲ ਜਦੋਂ ਪਾਕਿਸਤਾਨ ਬਣਿਆ ਠੀਕ ਹੈ ਅਤੇ ਮੁਸਲਮਾਨਾਂ ਦੀ ਗਲੀ ਸੁਣੀ ਹੈ ਮੈਂ ਘਰੋਂ ਬਾਹਰ ਘੱਟ ਜਾਂਦਾ ਸਾਂ ਅਤੇ ਮੈਨੂੰ ਨਹੀਂ ਪਤਾ ਕਿੱਥੇ ਰਹਿੰਦੇ ਨੇ ਪਾਕਿਸਤਾਨ ਬਣ ਗਿਆ ਅਤੇ ਫਿਰ ਉਹ ਗਏ ਨੇ ਇੱਥੋਂ ਅੱਛਾ ਉਦੋਂ ਤੁਸੀਂ ਛੋਟੇ ਛੋਟੇ ਹੋ ਗਏ ਤਾਂ ਕਹਿੰਦੇ ਵੀ ਆਪਾਂ ਪਾਕਿਸਤਾਨ ਹਿੰਦੁਸਤਾਨ ਦੋ ਦੇਸ਼ ਬਣ ਗਏ ਅਤੇ ਉਦੋਂ ਕੀ ਮਾਹੌਲ ਹੁੰਦਾ ਸੀ ਜਦੋਂ ਸਮਝ ਹੀ ਨਹੀਂ 5 ਸਾਲ ਦੇ ਉਦੋਂ ਬੱਚੇ ਉਸ ਤੋਂ ਬਾਅਦ ਗੁਰੂਵਰ ਸਾਹਿਬ ਹੁਣ ਡਿਵੈਲਪਮੈਂਟ ਕੀਤੀ ਹੈਗੀ ਹੈ ਲੱਗਦਾ ਵੀ ਉਸ ਤੋਂ ਬਾਅਦ ਹੁਣ ਕੁਛ ਚੇਂਜ ਹੋਇਆ ਹੁਣ ਤਾਂ ਡਿਵੈਲਪਮੈਂਟ ਬਹੁਤ ਹੈ ਹੁਣ ਪਹਿਲੇ ਨਾਲੋਂ ਸਹੂਲਤਾਂ ਜ਼ਿਆਦਾ ਨੇ ਕਾਫੀ ਜ਼ਿਆਦਾ ਨੇ ਜਿਵੇਂ ਆਪਾਂ ਬੈਠੇ ਹਾਂ ਦੇਖੋ ਰੇਲਵੇ ਸਟੇਸ਼ਨ ਕਿੰਨਾ ਵਧੀਆ ਬਣਦਾ ਪਿਆ ਮੰਡੀ ਦੇ ਚਾਰ ਦੁਆਰੇ ਤੋਂ ਬਾਹਰ ਨਿਕਲ ਚੁੱਕੀ ਹੈ ਗੁਰੂ ਸਾਹਿਬ ਅਲੱਗ ਸੀ ਸਾਰਾ ਨਾਲ ਜੁੜ ਗਿਆ ਜਿਹੜਾ ਜਗ੍ਹਾ ਡੂੰਘੀਆਂ ਸੀ ਪਾਣੀ ਛੱਪੜ ਸੀ ਸਾਰੇ ਭਰ ਗਏ ਸਭ ਕੁਝ ਠੀਕ ਹੋ ਗਿਆ ਹੁਣ ਤਾਂ ਮਾਹੌਲ ਉਹ ਚੰਗਾ ਸੀ ਕਿ ਹੁਣ ਵਾਲਾ ਚੰਗਾ ਜਿਵੇਂ ਹੁਣ ਰੋਜ਼ ਲੁੱਟ ਖੋ ਕੋਈ ਚੈਨੀ ਖੋਕ ਲੈ ਜਾਂਦਾ ਕੋਈ ਮੋਟਰਸਾਈਕਲ ਚੱਕ ਕੇ ਲੈ ਜਾਂਦਾ ਕੋਈ ਸਾਈਕਲ ਚੱਕ ਕੇ ਲੈ ਜਾਂਦਾ ਮੈਨੂੰ ਉਦੋਂ ਦਾ ਮਾਹੌਲ ਪਤਾ ਹੀ ਨਹੀਂ ਅੱਛਾ ਨਹੀਂ ਉਦੋਂ ਤੁਹਾਡੀ ਜ਼ਿੰਦਗੀ 5 ਸਾਲ ਦਾ ਕੋਈ ਅਕਲ ਨਹੀਂ ਕਹਿ ਰਿਹਾ ਜਦੋਂ ਜਵਾਨ ਹੋਏ ਉਹ ਜਵਾਨ ਵੇਲੇ ਠੀਕ ਜਵਾਨ ਵੇਲੇ ਇਹ ਚਾਰ ਦੁਆਰੀ ਆਈ ਰਹਿੰਦੀ ਸੀ ਬੰਦ ਹੀ ਰਹਿੰਦੀ ਸੀ ਮੰਡੀ ਹਾਂਜੀ ਉਦੋਂ ਲੁੱਟਾਂ ਖੋਵਾਣੀ ਹੁੰਦੀਆਂ ਨਾ ਉਦੋਂ ਕੁਛ ਨਹੀਂ ਸੀ ਅੱਛਾ ਮੰਡੀ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਰਿਹਾ ਹੈਗਾ ਆੜਤਾਂ ਦਾ ਕੰਮ ਰਿਹਾ ਜਾਂ ਕੋਈ ਇੱਦਾਂ ਦੀ ਕੋਈ ਫੈਕਟਰੀਆਂ ਵੀ ਰਹੀਆਂ ਹੈਗੀਆਂ ਜਿੱਥੇ ਕਰਕੇ ਗੁਰੂ ਸਾਹਿਬ ਦਾ ਨਾਮ ਵੱਡਾ ਹੁੰਦਾ ਰਿਹਾ ਤੁਹਾਡੀ ਇਹ ਨੌਲੇਜ 'ਚ ਹੋਵੇ ਜੀ ਆੜਤਾਂ ਇਹ ਸੀਗੀਆਂ ਜਾਂ ਜ਼ਿਮੀਂਦਾਰਾਂ ਕਰਦੇ ਸੀ ਉਦੋਂ ਬਾਅਦ ਸ਼ੈਲਰ ਲੱਗਣ ਲੱਗ ਗਏ ਪਹਿਲਾਂ ਤਾਂ ਜ਼ਿਮੀਂਦਾਰਾਂ ਦੇ ਆੜਤਾਂ ਹੀ ਸੀਗੀਆਂ ਅੱਛਾ ਅਤੇ ਬਾਕੀ ਆ ਕਰਿਆਨੇ ਕਰਾਉਣੇ ਦਾ ਕੰਮ ਤਾਂ ਜੇ ਲੋਕ ਦੀਆਂ ਜ਼ਰੂਰਤਾਂ ਡੇਲੀ ਉਹ ਹੈਗਾ ਸੀ ਬਾਕੀ ਮੇਨ ਕਿੱਤਾ ਲੋਕਾਂ ਦਾ ਵਾਹੀ ਅਤੇ ਆੜਤੀ ਸੀ ਅੱਛਾ ਇੱਕ ਨਾਮ ਹੋਰ ਆਉਂਦਾ ਹੈਗਾ ਗੁਰੂ ਸਾਹਿਬ ਜਿੱਦਾਂ ਲੋਕਾਂ ਨਾਲ ਗੱਲਾਂ ਕਰਦੇ ਕਹਿੰਦੇ ਨੰਦ ਲਾਲ ਜੀ ਆੜਤੀ ਹੁੰਦੇ ਸੀ ਉਹਨਾਂ ਦੀ ਤੂਤੀ ਬੋਲਦੀ ਰਹੀ ਉਹਨਾਂ ਦਾ ਕਿੱਦਾਂ ਦਾ ਪਰਿਵਾਰ ਸੀ ਬਹੁਤ ਚੰਗਾ ਸ਼ੀਖ ਪਰਿਵਾਰ ਸੀ ਚੰਗਾ ਆੜਤ ਚੰਗੀ ਸੀ ਚੰਗੇ ਆਦਮੀ ਅੱਛਾ ਪੂਰਾ ਨਾਮ ਸੀ ਉਹਨਾਂ ਦਾ ਨੰਦ ਲਾਲ ਭਟੇਜਾ ਉਹਨਾਂ ਨਾਲ ਅੱਛਾ ਨੰਦ ਲਾਲ ਭਟੇਜਾ ਸੀ ਹਾਂ 5-4 ਭਰਾ ਸੀ ਇੱਕ ਉਹਨਾਂ ਭਰਾ ਪਟਵਾਰੀ ਵੀ ਸੀ ਅੱਛਾ ਜੀ ਪਰ ਚੰਗਾ ਪਰਿਵਾਰ ਸੀ ਸ਼ੀਖ ਪਰਿਵਾਰ ਸੀ ਠੀਕ ਹੈ ਜੀ ਬਿਲਕੁਲ ਜੀ ਇੱਥੇ ਹੋਰ ਵੀ ਬੈਠੇ ਹੋਏ ਆ ਕਾਨੂੰ ਗੌਰ ਰਿਟਾਇਰ ਹੋਏ ਆ ਅਤੇ ਗੁਰੂਵਰ ਸਾਹਿਬ ਦੇ ਵਿੱਚ ਜੇ ਕਾਗਜ਼ੀ ਪੱਤਰੀ ਗੱਲ ਕਰਦੇ ਹਾਂ ਆਬਾਦੀ ਦੀ ਗੱਲ ਕਰਦੇ ਹਾਂ ਸੋਹਣ ਲਾਲ ਜੀ ਸਾਡੇ ਨਾਲ ਨੇ ਕੀ ਦੇਖਦੇ ਹੋ ਦੇਖੋ ਤੁਸੀਂ ਮੈਨੂੰ ਲੱਗਦਾ ਜਦੋਂ ਤੁਸੀਂ ਕਾਗਜ਼ ਪੱਤਰ ਕਾਨੂੰ ਰਿਟਾਇਰ ਹੋਏ ਹੋ ਤੁਹਾਡੇ ਕੋਲ ਗੁਰੂਵਰ ਸਾਹਿਬ ਦਾ ਖੇਤਰਪਾਲ ਦੀ ਗੱਲ ਕਰ ਲੈਂਦੇ ਹਾਂ ਜ਼ਮੀਨ ਜਦ ਕੀ ਲੱਗਿਆ ਉਸ ਸਮੇਂ ਨਾਲ ਹੁਣ ਗੁਰੂਵਰ ਸਾਹਿਬ ਦੇ ਵਿੱਚ ਕੀ ਚੇਂਜ ਹੈਗਾ ਉਦੋਂ ਕੀ ਹੁੰਦਾ ਸੀ
ਮੈਨੂੰ ਆਪਾਂ ਨਹੀਂ ਇੰਨਾ ਪਤਾ ਭਰਾ, ਪਿੰਡ ਰਹਿੰਦੇ ਸੀ। ਅੱਛਾ, ਪਿੰਡ ਹੀ ਰਹਿੰਦੇ ਸੀ? ਗੁਰੂ ਸਾਹਿਬ ਪਿੰਡ 'ਚ ਕੁਟੀ ਰਹਿੰਦੇ ਸੀ, ਕੁਟੀ ਰਹਿੰਦੇ ਸੀ। ਇਹ ਤੋਂ ਬਾਅਦ ਸ਼ਹਿਰ ਨਾਲ ਨਹੀਂ ਨਹੀਂ ਹੁਣ ਲੱਗਦਾ ਤੁਹਾਡੇ ਜ਼ਿੰਦਗੀ ਦਾ ਰਿਟਾਇਰ ਵੀ ਹੋ ਗਿਆ, ਵੀ ਉਹ ਸਮੇਂ ਨਾਲੋਂ ਆਹ ਸਮੇਂ ਦਾ ਕੀ ਫਰਕ? ਹੁਣ ਤਾਂ ਫਰਕ ਤਾਂ ਪੈ ਹੈਗਾ ਹੀ ਹੈ ਜੀ। ਅੱਛਾ, ਉਸ ਟਾਈਮ ਦਾ ਆਪਣੇ ਇਲਾਕੇ ਇੱਧਰ ਸੇਮ ਦਾ ਇਲਾਕਾ ਹੁੰਦਾ ਸੀ, ਨਾ ਕੋਈ ਆਸੇ ਪਾਸੇ ਕੋਈ ਚੀਜ਼ ਚੰਗਾਉਂਦੀ ਨਹੀਂ ਸੀ। ਬਿਲਕੁਲ ਜੀ, ਉੱਪਰੋਂ ਲੋਕ ਸਭਾ 2024 ਵੀ ਆ ਰਹੀ ਹੈ, ਹੋਰ ਸੱਜਣ ਵੀ ਇੱਥੇ ਬੈਠੇ ਗਏ ਆ, ਗੱਲਬਾਤ ਕਰ ਲੈਂਦੇ ਥੋੜ੍ਹੀ ਜਿਹੀ ਗੁਰੂ ਸਾਹਿਬ ਦੇ ਇਤਿਹਾਸ ਤੋਂ ਇਲਾਵਾ ਦੂਜੇ ਪਾਸੇ ਲੈ ਕੇ ਜਾਂਦੇ ਹੈਗੇ ਹਾਂ। ਬੜੇ MP ਬਣ ਗਏ ਅਤੇ ਬੜੇ MLA ਬਣ ਗਏ, ਰਾਣਾ ਤੁਹਾਡੀ 4 ਵਾਰ ਵਿਧਾਇਕ ਬਣੇ ਆ ਇੱਥੋਂ। ਹਾਂਜੀ, ਜੇ ਤੁਹਾਡੀ ਪਰਿਵਾਰ ਕਹਿੰਦੇ ਗੁਰੂਆਂ ਦੀ ਤੂਤੀ ਬੋਲਦੀ ਸੀ ਅਤੇ ਰਾਣਾ ਤੁਹਾਡੀ ਨੇ ਵੀ 4 ਵਾਰ ਤੂਤੀ ਬੁਲਾਈ ਹੈਗੀ ਹੈ। ਹੁਣ ਸਮਾਂ ਆ ਗਿਆ ਲੋਕ ਸਭਾ 2024 ਦਾ, ਅੱਜ ਜ਼ਮਾਨਾ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਕੀ ਦੇਖਦੇ ਹੋ? ਲੋਕਾਂ ਨੇ ਪਿੱਛੇ ਬਦਲਾਅ ਵੀ ਕਰਤਾ, ਬਦਲਾਅ ਲੈ ਕੇ ਆ ਗਏ। ਪਹਿਲਾਂ ਰਵਾਇਤੀ ਪਾਰਟੀਆਂ ਨੂੰ ਵੋਟਾਂ ਪਾਉਂਦੇ, ਕਦੇ ਅਕਾਲੀ ਕਦੇ ਕਾਂਗਰਸੀ, ਕਦੇ ਅਕਾਲੀ ਕਦੇ ਕਾਂਗਰਸੀ, ਅਤੇ ਅਕਾਲੀ ਦਲ ਦਾ ਗੜ ਰਿਹਾ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ। ਹੁਣ 24 ਆ ਗਈ, ਚਿਹਰਾ ਮੋਦੀ ਸਾਹਿਬ ਦਾ ਵੱਡਾ ਹੈਗਾ, ਉੱਧਰ ਅਰਵਿੰਦ ਕੇਜਰੀਵਾਲ ਵਾਲੇ ਮਾਮਲਾ ਆਪਾਂ ਨੂੰ ਪਤਾ, ਉਹ ਵੀ ਜਾਂ ਰਾਹੁਲ ਗਾਂਧੀ ਹੈਗਾ, ਲੋਕਾਂ ਦਾ ਚੁਕਾ ਕੇ ਕਿ ਬਦਲਾਅ ਨਾਲ ਕੋਈ ਫਾਇਦਾ ਪਿਆ ਹੈਗਾ, ਲੋਕਾਂ ਨੇ ਬਦਲਾਅ ਲਿਆਂਦਾ, 92 MLA ਬਣਾਏ। ਗੱਲ ਹੈ ਜੀ ਥਿੰਦ ਸਾਹਿਬ, ਪੰਜਾਬ ਦੇ ਵਿੱਚ ਤਾਂ ਭਾਜਪਾ ਦਾ ਇੰਨਾ ਨਹੀਂ ਹੈਗਾ, ਬਾਕੀ ਸਾਰੇ ਪਾਸੇ ਭਾਜਪਾ ਦਾ ਬਹੁਤ ਜ਼ੋਰ ਹੈ। ਅੱਛਾ, ਤੀਜੀ ਵਾਰੀ 100% ਮੋਦੀ ਸਰਕਾਰ ਆਏਗੀ। ਅੱਛਾ, ਮੋਦੀ ਪ੍ਰਧਾਨ ਮੰਤਰੀ ਬਣੂਗਾ? ਅਵਸ਼ਾ ਬਣੇਗਾ, 350-400 ਸੀਟ ਦੇ ਲਗਭਗ ਜਾਏਗੀ, ਸਾਡਾ ਤਾਂ ਇਹ ਕਹਿਣਾ। ਅੱਛਾ, ਬਾਕੀ ਜੇ ਪੰਜਾਬ ਦੇ ਹਾਲਾਤ ਨੇ ਉਹ ਤੁਹਾਨੂੰ ਪਤਾ ਹੀ ਹੈ, ਉਹ ਕਿਸਾਨਾਂ ਕਰਕੇ ਉਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਆਪਣੇ BJP ਨੂੰ ਪੰਜਾਬ ਦੇ ਵਿੱਚ, ਜਿਹੜੀਆਂ ਇੱਥੇ ਸੀਟਾਂ ਹੈਗੀਆਂ ਨੇ। ਬਾਕੀ ਮੁਕਾਬਲਾ ਪੂਰਾ ਕਰਨਗੇ, ਬਾਕੀ ਮੇਨ ਚੱਲਦਾ ਕੈਂਡੀਡੇਟ ਦੇ ਸਿਰ 'ਤੇ ਆਪਣਾ ਪੰਜਾਬ। ਜੇ ਕੈਂਡੀਡੇਟ ਦੀ ਗੱਲ ਕਰਦੇ ਹਾਂ, ਚਰਚਾਵਾਂ ਨੇ ਰਮਿੰਦਰ ਆਵਲਾ ਕਾਂਗਰਸ ਤੋਂ ਵੀ ਆ ਸਕਦਾ ਭਾਜਪਾ, ਜੇ ਰਮਿੰਦਰ ਆਵਲਾ ਭਾਜਪਾ 'ਚ ਆ ਜਾਂਦਾ ਤਾਂ ਕੀ ਹੋ ਸਕਦਾ? ਜੇ ਰਮਿੰਦਰ ਆਵਲਾ ਜੀ ਭਾਜਪਾ 'ਚ ਆਉਂਦੇ ਨੇ ਤਾਂ ਮੁਕਾਬਲਾ ਪੂਰਾ ਕਰਨਗੇ, ਬਾਕੀ ਸਿਹਰਾ ਤਾਂ ਉੱਪਰ ਵਾਲੇ ਨੇ ਦੇਣਾ। ਮੇਰੇ ਕਹਿਣ ਦਾ ਮਤਲਬ ਆਪਦਾ ਕੀ ਸਕੋਪ ਹੈਗਾ ਆਪ ਦੇ ਵੀ? ਦੇਖੋ ਇੱਥੇ ਵੱਡੀ ਵੋਟ ਬੈਂਕ ਆਪ ਨੂੰ ਵੀ ਪਿਆ ਹੈਗਾ, ਅਕਾਲੀ ਦਲ ਦਾ ਨੋਨੀ ਮਾਨ ਦਾ ਇਹ ਲੱਗਦਾ ਸੀ ਵੀ ਇਲੈਕਸ਼ਨ ਲੈ ਗਿਆ ਲੈ ਗਿਆ ਲੈ ਗਿਆ, ਪਰ ਜਾਂਦਾ ਜਾਂਦਾ ਫਿਰ ਰਹਿ ਗਿਆ। ਕੀ ਲੱਗਦਾ ਹੁਣ ਆਪ ਨੂੰ ਲੋਕ ਇਸ ਵਾਰ ਵੋਟ ਕਰਨਗੇ? ਮੇਰੇ ਹਿਸਾਬ ਤਾਂ ਆਪ ਨੂੰ ਜੀ ਹੈ, ਜੇ ਜਿੰਨਾ ਚਿਕਰ ਉਹਨਾਂ ਦਾ ਕੈਂਡੀਡੇਟ ਹੀ ਨਹੀਂ ਡਿਕਲੇਅਰ ਹੁੰਦਾ ਗਾ, ਉਹਨਾਂ ਚਿਕਰ ਕੀ ਕੋਈ ਕਿਸੇ ਨੂੰ ਕਹਿ ਸਕਦਾ? ਜੇ ਤਾਂ ਕੈਂਡੀਡੇਟ ਦੇ ਸਿਰ 'ਤੇ ਹੋਣਾ, ਕਿਉਂਕਿ ਇੱਥੋਂ ਦੇ ਕੈਂਡੀਡੇਟ ਬਹੁਤ ਹੈਵੀ ਨੇ ਸਾਰੇ, ਰਾਣਾ ਸੋਢੀ ਵੀ ਹੈਵੀ ਹੈ, ਆਵਲਾ ਸਾਹਿਬ ਵੀ ਹੈਵੀ ਨੇ, ਜਿੰਨਾ ਚਿਕਰ ਕੈਂਡੀਡੇਟ ਹੀ ਨਹੀਂ ਦਿਖਦਾ ਸਾਹਮਣੇ, ਉਹਨਾਂ ਚਿਕਰ ਡਿਕਲੇਅਰ ਨਹੀਂ ਕੋਈ ਕਰ ਸਕਦਾ। ਇਹ ਤਾਂ ਕੈਂਡੀਡੇਟ ਦੇ ਸਿਰ 'ਤੇ ਪਤਾ ਲੱਗੇਗਾ ਵੀ ਇਹ ਲੈ ਸਕਦਾ, ਰਾਵਾਂ ਦੀ ਰਾ ਬਰਾਦਰੀ ਨੂੰ ਦਿੰਦੇ ਨੇ ਟਿਕਟ ਕਿ ਜੱਟ ਸਿੱਖ ਨੂੰ ਦਿੰਦੇ ਨੇ, ਕਿਹਨੂੰ ਦਿੰਦੇ ਨੇ, ਇਹ ਤਾਂ ਉਹਦੇ ਸਿਰ 'ਤੇ ਹੀ ਪਤਾ ਲੱਗਣਾ ਕੱਲ੍ਹ ਹੈ। ਠੀਕ ਹੈ, ਬਿਲਕੁਲ ਜੀ। ਅੱਜ ਅਸੀਂ ਜਿੱਥੇ ਪਿੰਡਾਂ ਦਾ ਮਾਹੌਲ ਤੁਹਾਨੂੰ ਦਿਖਾਇਆ ਜਾਂਦਾ, ਅੱਜ ਗੁਰੂਹਰ ਸਾਹਿਬ ਦੇ ਉਹਨਾਂ ਪਤਵੰਤਿਆਂ ਦੇ ਕੋਲ ਬੈਠੇ ਗਏ, ਗੁਰੂਹਰ ਸਾਹਿਬ ਦੀ ਉਹ ਸਕਰੀਮ ਦੇ ਕੋਲ ਸੀ ਜਿਨ੍ਹਾਂ ਦੇ, ਦੇਖੋ ਪੂਰਾ ਇੱਕ ਵਾਰ ਕੈਮਰਾ ਘੁਮਾ ਕੇ ਦਿਖਾ ਦਿਓ, ਇਹ ਸਾਰੇ ਲੋਕ ਗੁਰੂਹਰ ਸਾਹਿਬ ਦੇ ਸੀਨੀਅਰ ਸਿਟੀਜ਼ਨ ਨੇ ਜਿਨ੍ਹਾਂ ਕੋਲ ਵੱਡਾ ਤਜਰਬਾ ਰਿਹਾ ਹੈਗਾ, ਕੋਈ ਜੋਬ ਰਿਹਾ, ਕੋਈ ਬਿਜ਼ਨਸਮੈਨ ਹੈ, ਅਤੇ ਸ਼ਾਮ ਨੂੰ ਇਹ ਸਾਰੇ ਯਾਰ ਮਿੱਤਰ ਦੋਸਤ ਰੇਲਵੇ ਪਾਰਕ ਦੇ ਵਿੱਚ ਇਕੱਠੇ ਹੋ ਜਾਂਦੇ ਆ ਲਗਭਗ 5-5:30 ਵਜੇ ਦੇ ਕਰੀਬ। ਇਹ ਬਾਬੇ ਜਿਹੜੇ ਤੁਹਾਨੂੰ ਅੱਜ ਦਿਖਾਏ ਜਾ ਰਹੇ, ਆਉਣ ਵਾਲੀ ਪੀੜ੍ਹੀ ਤੱਕ ਵੀ ਇਹ ਗੱਲਾਂ ਜਿਹੜੀਆਂ ਨੇ ਯਾਦ ਰਹਿਣਗੀਆਂ, ਕਿਉਂਕਿ ਯੂਟਿਊਬ ਜਾਂ ਫੇਸਬੁੱਕ ਦੇ ਜ਼ਰੀਏ ਜਿਹੜੀ ਵੀਡੀਓ ਪੈਗੀ ਆਉਣ ਵਾਲੇ ਪੋਤੇ ਪੋਤੜਿਆਂ ਤੱਕ ਵੀ ਜਿਹੜੀਆਂ ਨੇ ਉਹ ਦੇਖਣਗੇ, ਸਾਡੇ ਦਾਦੇ ਆਹ ਹੁੰਦੇ ਸੀ ਜਾਂ ਹੁੰਦੇ, ਜਿਹੜੀ ਵੀਡੀਓ ਬੋਲੀਗੀ ਉਹ ਇੱਕ ਇੱਕ ਪਲ ਇਸ ਵੀਡੀਓ ਦੇ ਵਿੱਚ ਰਹਿਣਾ। ਅੱਜ ਦਾ ਵੀਡੀਓ ਤੁਹਾਨੂੰ ਇਹ ਕਿਵੇਂ ਲੱਗਿਆ, ਆਪਣੀ ਰਾਏ ਜਿਹੜੀ ਹੈਗੀ ਆ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ, ਅਤੇ ਜੁੜੇ ਰਹੋ ਗੁਰੂਹਰ ਸਾਹਿਬ ਲਾਈਵ ਨਾਲ। ਲੋਕਾਂ ਦੀ ਆਵਾਜ਼, ਲੋਕਾਂ ਦਾ ਚੈਨਲ, ਤੁਹਾਡਾ ਖੁਦ ਦਾ ਗੁਰੂਹਰ ਸਾਹਿਬ ਲਾਈਵ।